CT Universities ਜੀ ਅਸੀਂ 100 ਪਲੱਸ ਕੋਰਸਸ ਆਫਰ ਕਰ ਰਹੇ ਹਾਂ ਵੀ ਆਰ ਹੈਵਿੰਗ ਸਕੂਲ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸਕੂਲ ਆਫ ਮੈਨੇਜਮੈਂਟ ਸਟੱਡੀ ਸਕੂਲ ਆਫ ਲਾ ਸਕੂਲ ਆਫ ਹੈਲਥ케어 ਸਕੂਲ ਆਫ ਫਾਰਮੇਸੀ ਸਕੂਲ ਆਫ ਡੀਅਲ ਮੈਨੇਜਮੈਂਟ ਸਕੂਲ ਆਫ ਹਿਮਨਿਟੀਜ਼ ਸਕੂਲ ਆਫ ਡਿਜ਼ਾਈਨ ਐਂਡ ਇਨੋਵੇਸ਼ਨ ਜਦੋਂ ਨਹੀਂ ਲਈ ਪਲੇਸਮੈਂਟਸ ਦੀ ਗੱਲ ਕਰੀਏ ਤਾਂ ਆਰਗੇਨਾਈਜੇਸ਼ਨਸ ਆਪਣੇ ਇੰਸਟੀਟਿਊਸ਼ਨਸ ਦੀ ਗੱਲ ਕਰਦੀਆਂ ਨੇ ਆਪਣੇ ਬੱਚਿਆਂ ਦੀ ਪਲੇਸਮੈਂਟਸ ਦੀ ਗੱਲ ਕਰਦੇ ਆ ਬਟ CT ਯੂਨੀਵਰਸਿਟੀ ਕਿੱਦਣਾ ਯੂਨੀਕ ਮਾਡਲ ਲੈ ਕੇ ਆਈ ਹੈ ਜਿਹਦੇ ਵਿੱਚ ਉਹ ਗੱਲ ਕਰਦੇ ਆ ਜੌਬ ਫਾਰ companies. arrange ਕਰਕੇ ਅਸੀਂ ਕਸ਼ਮੀਰ ਯੂਨੀਵਰਸਿਟੀ ਲੈ ਕੇ ਗਏ ਤੇ ਉਹਨਾਂ ਦੇ ਮੈਨੇਜਮੈਂਟ ਸਟੱਡੀਜ਼ ਦੇ ਬੱਚਿਆਂ ਨੂੰ ਅਸੀਂ ਆਫਰ ਕੀਤੀਆਂ ਤੇ 2100 ਬੱਚਾ ਉਸ ਕੈਂਪਸ ਚ ਰਜਿਸਟਰਡ ਹੋਇਆ ਮੈਮ ਜੀ ਗੱਲ ਕਰੀਏ ਤੁਸੀਂ ਗੱਲ ਕੀਤੀ ਬਹੁਤ ਸਾਰੇ ਕੋਰਸਿਸ ਤੁਸੀਂ ਤੁਹਾਨੂੰ ਦੱਸੇ ਜੋ ਤੁਸੀਂ ਆਫਰ ਕਰਦੇ ਹੋ ਬਟ ਥਿਓਰੈਟिकल ਨੋਲੇਜ ਦੇ ਨਾਲ ਨਾਲ ਪ੍ਰੈਕਟੀਕਲ ਨੋਲੇਜ ਦੀ ਵੀ ਜ਼ਰੂਰਤ ਹੁੰਦੀ ਹੈ ਉਹ ਇੱਥੇ ਆਫਰ ਕੀਤੀ ਜਾਂਦੀ ਹੈ ਪ੍ਰੈਕਟੀਕਲ ਨੋਲੇਜ ਦੀ ਜੇ ਗੱਲ ਕਰੀਏ ਵੀ ਕਾਲ ਆਰ ਸੈਲਫ ਇੰਡਸਟਰੀ ਡਰਾਈਵਨ ਯੂਨੀਵਰਸਿਟੀ ਥਿਸ ਈਅਰ ਵੀ ਆਰ ਹੈਵਿੰਗ ਵੈਰੀ ਗੁੱਡ ਰਿਸਪੌਂਸ ਫਰਮ ਦਾ ਲੁਧਿਆਣਾ ਐਂਡ ਵੀ ਹੈਵ ਐਕਸਪੈਂ অলমোস্ট پنجاب ਦੇ ਸਾਰੇ ਡਿਸਟ੍ਰਿਕਟ ਕਵਰ ਕਰ ਲਏ ਕਿਸੇ ਬੱਚੇ ਨੇ ਜੇ ਡਿਜੀਟਲ ਸਿਟੀਜ਼ਨਸ਼ਿਪ ਬਾਰੇ ਸਿੱਖਣਾ ਹੈ ਉਹਨੇ ਕੁਝ AI ਦੇ ਬੇਸਿਕ ਟੂਲ ਸਿੱਖਣੇ ਆ ਜਾਂ ਕੋਈ ਲੈਂਗੁਏਜ ਸਿੱਖਣੀ ਹੈ ਤੋਂ ਵੀ ਆਰ ਆਫਰਿੰਗ 15 ਡੇ day, 15 ਡੇਜ਼ অর 1 ਮੰਥ ਕ੍ਰੈਸ਼ ਕੋਰਸਸ ਟੂ ਦਾ ਸਟੂਡੈਂਟ ਸੀਟੀ ਯੂਨੀਵਰਸਿਟੀ ਕਿਹਸੀ ਯੂਨੀਵਰਸਿਟੀ ਹੈ ਜਿਹੜੀ 100% ਪ੍ਰੈਕਟੀਕਲ ਐਕਸਪੋਜ਼ਰ ਦੀ ਗੱਲ ਕਰਦੀ ਹੈ ਇੰਡਸਟਰੀ ਡਰਾਈਵਨ ਕੋਰਸਸ ਦੀ ਗੱਲ ਕਰਦੀ ਹੈ ਐਂਡ ਜੌਬ ਫਾਰ ਆਲ ਐਂਡ ਪਲੇਸਮੈਂਟਸ ਦੀ ਗੱਲ ਕਰਦੀ ਐਸੀ ਯੂਨੀਵਰਸਿਟੀ ਹੈ ਜਿਹੜੀ ਮਲਟੀ ਡਾਈਵਰਸਿਟੀ ਅਸੀਂ ਆਫਰ ਕਰਦੇ ਹਾਂ ਵੀ ਆਰ ਹੈਵਿੰਗ ਦ ਸਟੂਡੈਂਟਸ ਫਰਮ ਮੋਰ ਦੈਨ 25 ਕੰਟਰੀਜ਼ ਐਂਡ ਆਲਮੋਸਟ ਆਲ ਸਟੇਟ ਵੀ ਆਰ ਹੈਵਿੰਗ ਦ ਸਟੂਡੈਂਟਸ ਫਰਮ ਆਲ ਦ ਸਟੇਟਸ ਅਪਾਰਟ ਫਰਮ ਕਰਿਕੂਲਮ ਸਕਿੱਲ ਬੇਸ ਸਰਟੀਫਿਕੇਸ਼ਨ ਸਕੂਲ ਜਿਹੜੀ ਇਸ ਕੋਰਸਸ ਹੈ ਉਹ ਆਪਣੇ ਬੱਚਿਆਂ ਦੇ ਨਾਲ ਨਾਲ ਅਸੀਂ ਸਾਰੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਵੀ ਆਫਰ ਕਰਦੇ ਆਂ ਐਂਡ ਦੈਟਸ ਆਟ ਅ ਵੈਰੀ ਨੋਮੀਨਲ ਪ੍ਰਾਈਸ 온 ਜਸਟ ਰੁਪੀਏ 100 ਜਿਹੜਾ ਸਾਡਾ ਬੱਚਾ ਪੜਿਆ ਹੋਇਆ ਉਹ ਕਿਤੇ ਵੀ ਜਾ ਕੇ ਸাকਸੈਸਫੁਲ ਹੋ ਸਕਦਾ ਹੈ ਕਿਤੇ ਵੀ ਜਾ ਕੇ ਜੌਬ ਕਰ ਸਕਦਾ ਹੈ ਸਾਡਾ ਰੀਸੈਂਟਲੀ ਇੱਕ ਸਟੂਡੈਂਟ ਮੈਮ 51 ਲੱਖ ਪੈਕੇਜ ਤੇ ਗਿਆ ਹੈ ਇੰਟਰਨੈਸ਼ਨਲ ਬੈਂਕ ਚ ਉਹ ਡਿਸੈ렉ਸ਼ਨ ਹੋਈ ਹੈ ਲਨ ਜੋ ਜੋ ਵੀ ਕੀਪ ਆਨ ਚੈਕਿੰਗ ਇੱਕ ਮੈਸ ਇਨਸਪੈਕਸ਼ਨ ਟੀਮ ਬਣੀ ਹੋਈ ਹੈ ਜਿਹੜੀ ਆ ਰੈਗੂਲਰਲੀ ਚੈੱਕ ਕਰਦੀਆਂ ਨੇ ਕਿ ਕਿਵੇਂ ਦਾ ਖਾਣਾ ਪ੍ਰੋਵਾਈਡ ਹੁੰਦਾ ਡੇਲੀ ਗਲਵਸ ਪਾਏ ਹੋਏ ਹੈ ਕਿ ਨਹੀਂ ਖਾਣੇ ਦਾ ਹਾਈਜੀਨ ਕਿਵੇਂ ਸੀ ਸਾਊਥ ਇੰਡੀਅਨ ਸਟ ਕੀ ਮੈਨੂ ਪ੍ਰਪੇਅਰ ਹੁੰਦਾ ਐ ਐਂਡ ਉਹਨਾਂ ਨੂੰ ਡਿਲੀਵਰ ਕੀਤਾ ਜਾਂਦਾ ਐ ਐਂਡ ਹੈਲਥ ਸਰਵਿਸਿਜ਼ ਜੋ ਹੈਲਥਲੀ ਬਸ ਸਟੂਡੈਂਟਸ ਨੂੰ ਨੀਡ ਹੁੰਦੀ ਐ ਉਹਦੇ ਲਈ ਤੁਸੀਂ ਕੀ ਪ੍ਰੋਵਾਈਡ ਕਰਦੇ ਆਂ ਹਾਂ ਸਾਡੇ ਕੋਲ ਸਿਟੀ ਯੂਨੀਵਰਸਿਟੀ ਚ ਇਨਸਾਈਡ ਕੈਂਪਸ ਸਾਡਾ ਇੱਕ ਹੈਲਥ ਕਲੀਨਿਕ ਹੈਗਾ ਬਾਹਰ ਪੀਟੀ ਯੂਨੀਵਰਸਿਟੀ ਤੋਂ ਉਹਨੂੰ ਲੈਤਾ ਆਏ ਆ ਪਰ ਆਕੀ ਸਿਟੀ ਯੂਨੀਵਰਸਿਟੀ ਦੇ ਵਿੱਚ ਐਸਾ ਕੀ ਹੈ ਜੋ ਤੁਸੀਂ ਹੁਣ ਤੱਕ ਨਹੀਂ ਦੇਖਿਆ ਸੋ ਆਜੋ ਆਪਾਂ ਗੱਲ ਕਰਦੇ ਆ ਸਾਡੇ ਨਾਲ ਡੀਨ ਅਕੈਡਮਿਕਸ ਤੋਂ ਮੈਮ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਡਾਕਟਰ ਸਿਮਰਨ ਗਿੱਲ ਉਹਨਾਂ ਨਾਲ ਗੱਲਬਾਤ ਕਰਦੀ ਆ ਕਿ ਆਕੀ ਕੀ ਹੈ ਮੈਮ ਸਿਟੀ ਯੂਨੀਵਰਸਿਟੀ ਜਦੋਂ ਸੀਸੀਟੀ ਯੂਨੀਵਰਸਿਟੀ ਦੀ ਗੱਲ ਕਰਦੇ ਆਂ ਜੀ ਵੀ ਆਲਵੇਸ ਕਾਲ ਆਰਸੈਲਫ ਇੰਡਸਟਰੀ ਡਰਾਈਵਨ ਯੂਨੀਵਰਸਿਟੀ ਸੋ ਇੰਡਸਟਰੀ ਡਰਾਈਵਨ ਯੂਨੀਵਰਸਿਟੀ ਦਾ ਮਤਲਬ ਇਹ ਹੈ ਕਿ ਅਸੀਂ ਡਾਇਰੈਕਟਲੀ ਵਾਟਐਵਰ ਦਾ ਕਰਿਕੂਲਮ ਵਿਦ ਡਿਵੈਲਪ ਹੈ ਇਨ ਦੀ ਸੀਟੀ ਯੂਨੀਵਰਸਿਟੀ ਇਹ 100% ਇੰਡਸਟਰੀ ਨਾਲ ਅਲਾਈਨਡ ਹੈ ਜੋ ਇੰਡਸਟਰੀ ਦੀ ਨੀਡ ਹੈ ਉਹਨੂੰ ਫੁੱਲਫਿਲ ਕਰਦੇ ਆਂ ਕਰਿਕੂਲਮ ਡਿਵੈਲਪ ਕੀਤਾ ਜਾਂਦਾ ਹੈ ਤੇ ਬੱਚਿਆਂ ਨੂੰ ਉਹ ਪੜਾਇਆ ਜਾਂਦਾ ਹੈ ਜੋ ਉਹਨਾਂ ਦੇ ਅਲਟੀਮੇਟਲੀ ਜੌਬ ਕੈਰੀਅਰ ਓਰੀਐਂਟੇਸ਼ਨ ਪਲੇਸਮੈਂਟਸ ਐਂਡ ਉਹਨਾਂ ਦੇ ਫਿਊਚਰ ਪਰਸਪੈਕਟਿਵਲੀ ਬ ਜੀ ਲੁਧਿਆਣੀ ਦੀ ਗੱਲ ਕਰੀਏ ਸਪੈਸੀਫਿਕਲੀ ਅਸੀਂ ਤੇ ਲੁਧਿਆਣੇ ਚ ਸਿਟੀ ਯੂਨੀਵਰਸਿਟੀ ਲੈ ਕੇ ਆਉਣ ਦਾ ਜੋ ਬੇਸਿਕ ਵਿਜਨ ਸੀ ਸਾਡੀ ਵਿਜਨਰੀ ਮੈਨੇਜਮੈਂਟ ਦਾ ਉਹ ਇਹ ਸੀ ਕਿ ਲੁਧਿਆਣਾ ਵਾਸੀਆਂ ਕੋਲ ਇੱਕ ਟੈਕਨੀਕਲ ਯੂਨੀਵਰਸਿਟੀ ਤਾਂ ਸੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਹੈਸ ਬੀਨ ਐਸਟੈਬਲਿਸ਼ਡ ਅੰਡਰ ਇਅਰਸ ਅਗੋ ਬਟ ਇਫ ਵੀ ਟਾਕ ਅਬਾਊਟ ਐਨੀ ਅਦਰ ਯੂਨੀਵਰਸਿਟੀ ਤੋਂ ਲੁਧਿਆਣਾ ਵਾਸ ਲੈਕਿੰਗ ਬਿਹਾਈਂਡ ਫਾਰ ਥੈਟ ਲੁਧਿਆਣਾ ਦੇ ਬੱਚਿਆਂ ਨੂੰ ਨੇੜੇ ਦੇ ਆਲੇ ਦੁਆਲੇ ਦੇ ਇਲਾਕੇ ਦੇ ਬੱਚਿਆਂ ਨੂੰ ਜਗਰਾਉ ਮੋਗੇ ਦੇ ਬੱਚਿਆਂ ਨੂੰ ਚੰਡੀਗੜ੍ਹ ਭਜਣਾ ਪੈਂਦਾ ਸੀ ਜਾਂ ਯੂ نو ਜਲੰਧਰ ਭਜਣਾ ਪੈਂਦਾ ਸੀ ਤੋਂ ਅਸੀਂ ਇੱਕ ਐਸੀ ਮੋਟਿਵ ਨਾਲ ਲੁਧਿਆਣਾ ਆਏ ਹਾਂ ਬੇਸਿਕਲੀ ਟੂ ਫੈਸਿਲਿਟੇਟ ਲੁਧਿਆਣਾ ਦੇ ਬੱਚਿਆਂ ਨੂੰ ਲੁਧਿਆਣਾ ਦੇ ਆਲੇ ਦੁਆਲੇ ਵਾਲੇ ਸਟੂਡੈਂਟਸ ਨੂੰ ਕਿ ਉਹਨਾਂ ਨੂੰ ਹਰ ਉਹ ਚੀਜ਼ ਜੋ ਬਾਕੀ ਅੱਛੀਆਂ ਯੂਨੀਵਰਸਿਟੀ ਚ ਆਏ ਆ ਐਮ ਆਈ ਟੀਜ਼ ਐਨ ਐਲ ਯੂਜ਼ ਜੋ ਪ੍ਰੋਵਾਈਡ ਕੀਤੀ ਜਾਂਦੀ ਹੈ ਉਹ اسی ਇੱਥੇ ਸਿਟੀ ਯੂਨੀਵਰਸਿਟੀ ਕਾਈਂਡ ਆਫ ਐਟ ਦਾ ਡੋਰ ਸਟੈਪ ਪ੍ਰੋਵਾਈਡ ਕਰੀਏ ਜੀ ਸੋ ਇਸ ਲੋਕੇਸ਼ਨ ਦੇ ਤਾਂ ਤੁਸੀਂ ਐਕਸਪਲੇਨ ਕਰਤਾ ਮੈਮ ਬਟ ਇਹ ਜ਼ਰੂਰ ਦੱਸੋ ਕਿ ਕੋਰਸਿਸ ਕਿਹੜੇ ਕਿਹੜੇ ਆਫਰ ਕਰਦੇ ਹੋ ਤੁਸੀਂ ਸੀਟੀ ਯੂਨੀਵਰਸਿਟੀਆਂ ਜੀ ਅਸੀਂ 100 ਪਲੱਸ ਕੋਰਸਿਸ ਆਫਰ ਕਰ ਰਹੇ ਹਾਂ ਐਂਡ 100 ਪਲੱਸ ਕੋਰਸਿਸ ਆਫਰ ਜਦੋਂ ਕਰ ਰਹੇ ਹਾਂ ਤੇ ਇੱਥੇ ਹਰ ਡੋਮੇਨ ਨੂੰ ਸਪੈਸੀਫਿਕਲੀ ਆਲਰੇਡੀ ਆਪਣੀ ਸਾਡੀ ਯੂਨੀਵਰਸਿਟੀ ਨੂੰ ਅਸੀਂ ਨਾਈਨ ਸਕੂਲਸ ਡਿਵਾਈਡ ਕੀਤਾ ਹੋਇਆ ਹੈ ਵੀ ਆਰ ਹੈਵ and technology school of management studies school of law school of healthcare school of pharmacy school of hotel management school of humanities school of design and innovation so almost whatever the topic whatever the program you talk about what is in in the market these days oh si ithe universities bachcha nu offer kar rahe hain te specifically jo bhi ਪੜਾਇਆ ਜਾ ਰਿਹਾ ਹੈ ਉਹ ਬਹੁਤ ਜ਼ਿਆਦਾ ਇੰਡਸਟਰੀ ਨਾਲ ਅਲਾਈਨਡ ਹੈ ਕਿਉਂਕਿ ਲੁਧਿਆਣਾ ਅਸੀਂ ਬੈਠੇ ਆਂ ਇੰਡਸਟਰੀ ਦੇ ਹੱਬ 'ਚ ਬੈਠੇ ਆਂ ਸੋ ਬੜਾ ਈਜ਼ੀ ਹੈ ਸਾਡੇ ਲਈ ਵੀ ਯੂਨੀਵਰਸਿਟੀ ਲਈ ਵੀ ਇੰਡਸਟਰੀ ਨਾਲ ਕਨੈਕਟ ਕਰਨਾ ਤੇ ਇੰਡਸਟਰੀ ਬਹੁਤ ਇੰਬੈਡਡ ਹੈ ਸਾਡੇ ਕਰਿਕੂਲਮ ਦੇ ਪਾਰਟ 'ਚ ਜੀ ਮੈਮ ਜੀ ਗੱਲ ਕਰੀਏ ਤੁਸੀਂ ਗੱਲ ਕੀਤੀ ਬਹੁਤ ਸਾਰੇ ਕੋਰਸੇ ਤੁਸੀਂ ਤੁਹਾਨੂੰ ਦੱਸੇ ਜੋ ਤੁਸੀਂ ਆਫਰ ਕਰਦੇ ਹੋ ਬਟ ਥਿਉਰੈਟਿਕਲ ਨੋਲੇਜ ਦੇ ਨਾਲ ਨਾਲ ਪ੍ਰੈਕਟੀਕਲ ਨੋਲੇਜ ਦੀ ਵੀ ਜ਼ਰੂਰਤ ਹੁੰਦੀ ਹੈ ਉਹ ਇੱਥੇ ਆਫਰ ਕੀਤੀ ਜਾਂਦੀ ਹੈ ਬਿਲਕੁਲ ਮੈਮ ਉਹੀ ਮੈਂ ਆਈ 스타ਟਡ ਮਾਈ ਕਨਵਰਸੇਸ਼ਨ ਵਿਦ दैट ਸੋ ਜਿਹੜਾ ਕਰਿਕੂਲਮ ਡਿਵੈਲਪ ਕੀਤਾ ਜਾਂਦਾ ਹੈ ਇਹ ਬਹੁਤ ਪੈਰਾਮੀਟਰਸ ਡਿਸਾਈਡ ਕਰਕੇ बिकॉज ਅਸੀਂ ਪ੍ਰਾਈਵੇਟ ਯੂਨੀਵਰਸਿਟੀ ਅਸੀਂ ਆਪਣਾ ਕਰਿਕੂਲਮ ਖੁਦ ਡਿਸਾਈਡ ਕਰਦੇ ਹਾਂ ਦੋ ਵੀਸੀ ਆਈਸੀਟੀ ਵੀਸੀ ਯੂਜੀਸੀ ਨੈਸ਼ਨਲ ਟ੍ਰੇਨਿੰਗ ਕ੍ਰੈਡਿਟ ਫਰੇਮਵਰਕ We see IIT, we see IIM. So the healthy process for two months, like these months, June and July. Mm -hmm. Our team, directly dedicated team of curriculum development review committee, is working on the curriculum in which the special care has been taken. K industry, the part private njudo practical trainings. That is embedded part in our curriculum. And in the same ਪੁਆਇੰਟ ਆਫ 뷰 ਵੀ ਆਰ ਆਫਰਿੰਗ ਸਕਿੱਲ ਬੇਸ ਸਰਟੀਫਿਕੇਸ਼ਨਸ ਟੂ ਆਰ ਸਟੂਡੈਂਟਸ ਗ੍ਰੇਟ ਅਪਾਰਟ ਫਰਮ ਕੈਰੀਕੂਲਮ ਸਕਿੱਲ ਬੇਸ ਸਰਟੀਫਿਕੇਸ਼ਨ ਜਿਹੜੇ ਸਕੋਰਸੇਸ ਹੈ ਉਹ ਆਪਣੇ ਬੱਚਿਆਂ ਦੇ ਨਾਲ ਨਾਲ ਅਸੀਂ ਸਾਰੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਵੀ ਆਫਰ ਕਰਦੇ ਆਂ ਐਂਡ ਦੈਟਸ ਆਟ ਅ ਵੈਰੀ ਨੋਮੀਨਲ ਪ੍ਰਾਈਸ 온 ਜਸਟ ਰੁਪੀਏ 100 ओके ग्रेट सो मतलब 100 रुपीस ਦੇ ਵਿੱਚ ਕਿਸੇ ਨੂੰ ਵੀ ਤੁਸੀਂ ਇਦਾਂ ਪਲੇਸ ਕਰਵਾ ਸਕਦੇ ਹੋ ਯਸ ਆ ਇਟਸ ਅਬਾਊਟ ਸਕਿੱਲ ਬੇਸ ਸਰਟੀਫਿਕੇਸ਼ਨ ਮੈਪ ਕੇ ਪਾਰਟਿਕੂਲਰ ਮੰਨ ਲਓ ਹੁਣ ਕਿ ਸੇ ਬੱਚੇ ਨੇ ਜੇ ਡਿਜੀਟਲ ਸਿਟੀਜ਼ਨਸ਼ਿਪ ਬਾਰੇ ਸਿੱਖਣਾ ਹੈ ਉਹਨੇ ਕੁਝ AI ਦੇ ਬੇਸਿਕ ਟੂਲ ਸਿੱਖਣੇ ਆ ਜਾਂ ਕੋਈ ਲੈਂਗੁਏਜ ਸਿੱਖਣੀ ਹੈ ਤੋ ਵੀ ਆਰ ਆਫਰਿੰਗ 15 ਡੇ day, 15 ਡੇਸ ਔਰ 1 ਮੰਥ ਕ੍ਰੈਸ਼ ਕੋਰਸਸ ਟੂ ਦ ਸਟੂਡੈਂਟਸ ਗ੍ਰੇਟ ਸੋ ਮਤਲਬ ਆਊਟਸਾਈਡਰਸ ਲਈ ਵੀ ਸੋਚਦੇ ਹੋ ਜੋ ਆਪਣੇ ਸਟੂਡੈਂਟਸ ਲਈ ਤੇ ਹਰ ਕੋਈ ਸੋਚਦਾ ਹੈ ਤੁਸੀਂ ਆਊਟਸਾਈਡਰਸ ਲਈ ਵੀ ਸੋਚ ਰਹੇ ਹੋ ਜੀ ਮੈਮ ਬਿਲਕੁਲ ਸੋ ਕਿਦਾਂ ਮ फिकेशन ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਾਅਦਲੇ ਬੱਚਿਆਂ ਲਈ ਵੀ ਸੋਚਦੇ ਆ ਤਾਂ ਯੂਨੀਵਰਸਿਟੀ ਦੀ ਜੋ ਵਿਜਨਰੀ ਮੈਨੇਜਮੈਂਟ ਹੈ ਉਹਨਾਂ ਦਾ ਬਹੁਤ ਕਲੀਅਰ ਪਰਸਪੈਕਟਿਵ ਹੈ ਕਿ ਵਾਟਐਵਰ ਦਾ ਸਰਵਿਸਿਸ ਯੂਨੀਵਰਸਿਟੀ ਇਸ ਹੈਵਿੰਗ ਥੈਟ ਹਾਸ ਟੂ ਬੀ ਆਫਰਡ ਟੂ ਸਾਰੇ ਇਲਾਕੇ ਨੂੰ ਹੀ ਦੇਣੀ ਹੈ ਚਾਹੇ ਬੱਚਾ ਸਾਡੇ ਕੋਲ ਪੜ ਰਿਹਾ ਹੈ ਚਾਹੇ ਨਹੀਂ ਪੜ ਰਿਹਾ ਰੀਸੈਂਟਲੀ ਅਸੀਂ ਕਸ਼ਮੀਰ ਚ ਇਵੈਂਟ ਕਰਕੇ ਆਏ ਹਾਂ ਕਿਸ ਬੰਦੇ ਨਾਮ ਤੇ ਜਿਹਦੇ ਤੇ ਵੀ ਹੈਵ ਆਫਰਡ ਜੌਬ ਫਾਰ ਆਲ ਸੋ ਜਦੋਂ ਲਈ ਪਲੇਸਮੈਂਟਸ ਦੀ ਗੱਲ ਕਰੀਏ ਤਾਂ ਆਰਗੇਨਾਈਜੇਸ਼ਨਸ ਆਪਣੇ ਇੰਸਟੀਚਿਊਸ਼ਨਸ ਦੀ ਗੱਲ ਕਰਦੀਆਂ ਨੇ ਆਪਣੇ ਬੱਚਿਆਂ ਦੀ ਪਲੇਸਮੈਂਟਸ ਦੀ ਗੱਲ ਕਰਦੇ ਆ ਬਟ ਸੀਟੀ ਯੂਨੀਵਰਸਿਟੀ ਕਿੱਦਣਾ ਯੂਨੀਕ ਮਾਡਲ ਲੈ ਕੇ ਆਈ ਹੈ ਜਿਹਦੇ ਵਿੱਚ ਉਹ ਗੱਲ ਕਰਦੇ ਆ ਜੌਬ ਫਾਰ 올 ਉਹਦੇ ਚ ਸੀਟੀ ਯੂਨੀਵਰਸਿਟੀ ਵੱਲੋਂ 22 ਕੰਪਨੀਆਂਸ ਅਰੇਂਜ ਕਰਕੇ ਅਸੀਂ ਕਸ਼ਮੀਰ ਯੂਨੀਵਰਸਿਟੀ ਲੈ ਕੇ ਗਏ ਤੇ ਉਹਨਾਂ ਦੇ ਮੈਨੇਜਮੈਂਟ ਸਟੱਡੀਜ਼ ਦੇ ਬੱਚਿਆਂ ਨੂੰ ਅਸੀਂ ਆਫਰ ਕੀਤੀਆਂ ਤੇ 2100 ਬੱਚਾ ਉਸ ਕੈਂਪ ਚ ਰਜਿਸਟਰਡ ਹੋਇਆ ਹੈ ਮੈਮ ਗ੍ਰੇਟ ਸੋ ਬੜਾ ਵੱਡੀ ਤੁਹਾਡੀ ਸੋਚ ਹੈ ਕਿ ਤੁਸੀਂ ਹਰ ਸਟੂਡੈਂਟ ਨੂੰ ਇੱਕ ਮੌਕਾ ਦੇਣਾ ਚਾਹੁੰ ਗਲਤੀ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕਿ ਤੁਸੀਂ ਇੱਥੇ ਅਕਮੋਡੇਸ਼ਨ ਦਾ ਹੁੰਦਾ ਹੈ ਕਿ ਅਕਮੋਡੇਸ਼ਨ ਅਵੇਲੇਬਲ ਹੁੰਦੀ ਹੈ ਬਿਲਕੁਲ ਮੈਮ ਬਿਲਕੁਲ ਹੌਸਟਲ ਸਾਡੇ ਕੋਲ ਮੈਮ ਆਲਮੋਸਟ 1000 ਪਲੱਸ ਦੀ ਅਕਮੋਡੇਸ਼ਨ ਹੈ ਬॉयਜ਼ ਹੌਸਟਲ ਦੀ ਸੇਮ ਵਿਦ ਦਾ ਗਰਲਸ ਹੌਸਟਲ ਐਂਡ ਅਕਮੋਡੇਸ਼ਨ ਬਹੁਤ ਹੀ ਕੰਟਿਗਰਲ ਪਾਰਟ ਹੈ ਕਿਉਂਕਿ ਅਸੀਂ ਸੀਟੀ ਯੂਨੀਵਰਸਿਟੀ ਐਸਈ ਯੂਨੀਵਰਸਿਟੀ ਹੈ ਜਿਹੜੀ ਮਲਟੀ ਡਾਈਵਰਸਿਟੀ ਅਸੀਂ ਆਫਰ ਕਰਦੇ ਹਾਂ ਵੀ ਆਰ ਹੈਵਿੰਗ ਦਾ ਸਟੂਡੈਂਟਸ ਫਰੋਮ ਮੋਰ ਦੈਨ 25 ਕੰਟਰੀਜ਼ ਐਂਡ ਆਲਮੋਸਟ ਆਲ ਸਟੇਕ we are having the students from all <laughs> the states so we are offering the students and ma'am dekho place ta sari universities hi offer kardiyan ne hmm. but ct university apne aap ch bahut unique hai ki assi onna da jo food hai na oh bhi onna di need de accordingly prepare karde ha and onwe deliver karde ha okay. like jivein south indian students ne sade assi onna da south ta hi menu prepare hunda hai and onna nu no deliver kita ja matlab ye bhi kafi unique cheez hai kyunki har student nu ohi khana milda jo mess de vich milda and and you but, would be surprised <laughs> ma'am <laughs> jehdi sadi higher management ne including me hmm. we keep ਉਹ ਚੈਕਿੰਗ ਇੱਕ ਮੈਸ ਇਨਸਪੈਕਸ਼ਨ ਟੀਮ ਬਣੀ ਹੋਈ ਹੈ ਜਿਹੜੀ ਆ ਰੈਗੂਲਰਲੀ ਚੈੱਕ ਕਰਦੀਆਂ ਨੇ ਕਿ ਕਿਵੇਂ ਦਾ ਖਾਣਾ ਪ੍ਰੋਵਾਈਡ ਹੁੰਦਾ ਡੇਲੀ ਗਲਵਸ ਪਾਏ ਹੋਏ ਕਿ ਨਹੀਂ ਖਾਣੇ ਦਾ ਹਾਈਜੀਨ ਕਿਵੇਂ ਸੀ ਐਨੀ ਮੋਨਿਟਰਿੰਗ ਮੈਂ ਅਸੀਂ ਵੀ ਹੌਸਟਲਾਂ ਚ ਪੜੇ ਆ ਅਸੀਂ ਨਹੀਂ ਦੇਖੀ ਆਪਣੇ ਟਾਈਮ ਬਟ ਸਿਟੀ ਯੂਨੀਵਰਸਿਟੀ ਦਾ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਕਿ ਖਾਣਾ ਬਹੁਤ ਇੰਪੋਰਟੈਂਟ ਹੈ ਜਿਹੜਾ ਬੱਚਾ ਸਟੂਡੈਂਟ ਹੈ ਤੇ ਉਹ ਖਾਣਾ ਬਹੁਤ ਹੀ ਅੱਛਾ ਪ੍ਰੋਵਾਈਡ ਕੀਤਾ ਜਾਂਦਾ ਜੀ ਸੋ ਬਾਕੀ ਮੈਮ ਜਿਹੜੀ ਬਾਕੀ ਬੇਸਿਕ ਨੀਡਸ ਹੁੰਦੀਆਂ ਸਟੂਡੈਂਟ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਇੱਥੇ Uh, and basic needs to see you uh, you just name about the amenities basically, okay, basically it may be sports it may be hmm. cultural it may be you know gym hmm. it may be swimming pool it hmm. may be you know transport for the ludhiana people so hmm. we are now this time earlier we were having the you know transport buses in the 60 kilometers radius okay. so this uh, year we are having very good response from the ludhiana and okay. we have expanded our routes hun barnale to bhi buses challan giyan bahut dur dur tak ma'am almost punjab the sare district cover kar okay hun tusi sare district cover kar so students bhi hun aan ge tode kol and accommodation bhi tusi best de rahe ho food best de and health services jo health students need hundi hai ode layi city university inside campus sa like ਐਂਡ ਕਲੀਨਿਕ ਹੈਗਾ ਬਾਹਰ ਜੇ ਤੁਸੀਂ ਗੇਟ ਤੇ ਦੇਖੋ ਤਾਂ ਨਾਲ ਹੀ ਬਣਿਆ ਹੋਇਆ ਹੈ ਉੱਥੇ ਡੈਡੀਕੇਟਡ ਡਾਕਟਰਸ ਆਉਂਦੇ ਨੇ ਮੈਮ ਐਂਡ ਨਰਸ ਸਟੈਫ ਕੁਲ 100% 24/7 ਇਨਵੋਲਵਡ ਹੈਗੀ ਹੈ ਅਸੀਂ ਅਪਾਇੰਟ ਕੀਤੀ ਹੋਈ ਹੈ ਐਂਡ ਐਮਬੂਲੈਂਸ ਸਰਵਿਸਿਜ਼ 24/7 ਹੈ ਮੈਮ ਤੋਂ ਇੱਥੇ ਜਗਰਾਉਂ ਦੇ ਡਾਕਟਰਸ ਮੋਗੇ ਦੇ ਡਾਕਟਰਸ ਅਪਾਰਟ ਫਰਮ ਦੈਟਸ ਅਡਿਕਲ ਡਾਕਟਰਸ ਆਉਂਦੇ ਨੇ ਬਟ ਉੱਥੇ ਸਾਰੇ ਹਸਪੀਟਲਸ ਨਾਲ ਸਾਡੇ ਟਾਈਪਸ ਨੇ ਜਿੱਥੇ ਸਾਡੇ ਬੱਚਿਆਂ ਨੂੰ ਹੈਲਥ ਸਰਵਿਸਿਜ਼ ਮਿਲਦੀਆਂ ਹੈ ਮੈਮ ਮਤਲਬ A to Z ਤੁਸੀਂ ਸਾਰਾ ਕਵਰ ਕਰ ਰਹੇ ਹੋ ਸਭ ਕੁਝ ਕਵਰ ਕਰ ਰਹੇ ਹੋ ਸੋ ਕੀ ਸਪੈਸ਼ਲਿਟੀ ਇੱਕ ਲਾਸਟ ਤੁਸੀਂ ਬੋਲਣਾ ਚਾਹੋਗੇ ਸਾਡੇ ਆਡੀਅੰਸ ਨੂੰ ਕਿ ਉਹ ਸਿਟੀ ਯੂਨੀਵਰਸਿਟੀ ਦੇ ਵਿੱਚ ਆ ਕੇ ਆਪਣੇ ਸਟੂਡੈਂਟਸ ਦਾ ਆਪਣੇ ਬੱਚਿਆਂ ਦਾ ਐਡਮਿਸ਼ਨ ਕਰਵਾਣ 啊 ah, yes it's very important kyunki whenever we talking about city university we have to mention then why we are different hmm. so je uh -huh. apan gal kariye why we are different to city university kaisi university hai jehdi 100% practical exposure di gal kar di hai hmm. industry driven courses di gal kar di hai ਐਂਡ ਜੌਬ ਫਾਰ ਆਲ ਐਂਡ ਪਲੇਸਮੈਂਟਸ ਦੀ ਗੱਲ ਕਰਦੀ ਹੈ ਬਿਕੋਜ਼ ਵੀ ਆਰ ਥੈਟ ਮਨ ਸ਼ੋਰ ਕਿ ਜਿਹੜਾ ਸਾਡਾ ਬੱਚਾ ਪੜਿਆ ਹੋਇਆ ਉਹ ਕਿਤੇ ਵੀ ਜਾ ਕੇ ਸਕਸੈਸਫੁਲ ਹੋ ਸਕਦਾ ਹੈ ਕਿਤੇ ਵੀ ਜਾ ਕੇ ਜੌਬ ਕਰ ਸਕਦਾ ਹੈ ਸਾਡਾ ਰੀਸੈਂਟਲੀ ਇੱਕ ਸਟੂਡੈਂਟ ਮੈਮ 51 ਲੱਖ ਪੈਕੇਜ ਤੇ ਗਿਆ ਹੈ ਇੰਟਰਨੈਸ਼ਨਲ ਬੈਂਕ ਚੋਂ ਡਿਸਲੈਕਸ਼ਨ ਹੋਈ ਹੈ ਐਲਨ ਜੋਜੋ ਸੋ ਥੈਟ ਵਾਸ ਵੈਰੀ ਬਿਗ ਅਮਾਉਂਟ ਐਂਡ ਵਿਚ ਗਿਵ ਅ ਬੂਸਟ ਟੂ ਦ ਅਦਰ ਸਟੂਡੈਂਟਸ ਐਂਡ ਦੇ ਕੈਨ ਆਲਸੋ ਡੂ ਵੰਡਰਸ ਇਨ ਥੇਅਰ ਲਾਈਫ ਇਸ ਸਾਡੇ ਨਾਲ ਮੈਮ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰ ਲਈ ਹੈ ਕੋਈ ਹੋਰ ਤੁਹਾਡੇ ਅਗਰ ਸਵਾਲ ਰਹਿ ਗਏ ਹੋਣ ਜ਼ਰੂਰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ